ਹਾਜ਼ਰ ਹਾਂ ਦੋਸਤੋ ਤੁਹਾਡੇ ਸਨਮੁਖ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਹੋਰਾਂ ਦੀ ਲਿਖੀ ਹੋਈ ਇੱਕ ਕਹਾਣੀ ਹੈ ਮੰਜੇ ਦੀ ਬਾਹੀ। ਗੱਲ ਕੇਰਾ ਮੂੰਹੋਂ ਨਿਕਲੇ ਸੀ ਫਿਰ ਆਖੋ ਤੂੰ ਕੌਣ ਤੇ ਮੈਂ ਕੌਣ, ਤੇ ਗੱਲ ਕੋਈ ਝੂਠੀ ਵੀ ਨਹੀਂ ਸੀ। ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਤੀਵੀਂ ਲਿਆਉਣ ਲੱਗਾ ਸੀ। ਗੱਜੂ ਦੀ ਭਰਜਾਈ ਸੰਤੋਂ ਨੇ ਸੁਣਿਆ, ਉਹਦੇ ਤਾਂ ਜਿਵੇਂ ਸਾਹ ਹੀ ਸੁੱਤੇ ਗਏ ਹੋਣ। ਮਰਵੇ ਗੱਜੂ ਤੇਰਾ ਬਹਿਜੇ ਬੇੜਾ। ਬੇੜਾ ਬੈਠੇ ਚਾਹੇ ਤਰੇ, ਗੱਜੂ ਨੇ ਆਪਣੇ ਛੋਟੇ ਭਾਈ ਸੱਜਣ ਨੂੰ 100 ਦੀ ਇੱਕ ਸੁਣਾ ਦਿੱਤੀ, ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ, ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ। ਸੱਜਣ ਦੂਰ ਦੀ ਸੋਚਣ ਵਾਲਾ ਬੰਦਾ ਸੀ, ਉਂਝ ਵੀ ਸੁਭਾਅ ਦਾ ਕੂੜਾ ਸੀ, ਸੁਣ ਕੇ ਚੁੱਪ ਰਿਹਾ। ਇੱਕ ਦੋ ਬੰਦੇ ਉਸ ਨੇ ਵਿੱਚ ਦੀ ਸੁੱਟੇ, ਪਰ ਗੱਜੂ ਤਾਂ ਪੈਰਾਂ 'ਤੇ ਪਾਣੀ ਹੀ ਨਹੀਂ ਸੀ ਪੈਣ ਦਿੰਦਾ। ਅਖੇ ਮੇਰਾ ਨਹੀਂ ਜੀ ਕਰਦਾ ਜੱਗ 'ਤੇ ਬੂਟਾ ਲਾਉਣ ਨੂੰ। ਅਸਲ ਵਿੱਚ ਗੱਲ ਗਾਹਾਂ ਖਾਸੀ ਤੁਰ ਗਈ ਸੀ। ਗੱਜੂ ਨੇ ਨੰਦ ਬੰਗਾਲੀ ਰਾਹੀਂ ਧਨੌਲੀ ਕੰਨੀ ਇੱਕ ਤੀਵੀਂ ਦਾ ਸੌਦਾ ਲਗਭਗ ਪੱਕਾ ਕਰ ਹੀ ਛੱਡਿਆ ਸੀ, ਸਿਰਫ ਰਕਮ ਤਾਰਨੀ ਬਾਕੀ ਸੀ। ਚਾਹੁੰਦਾ ਉਹ ਇਹ ਸੀ ਵੀ ਤੀਵੀਂ ਲਿਆਉਣ ਤੋਂ ਪਹਿਲਾਂ ਮਾੜਾ ਮੋਟਾ ਘਰ ਕਾਟ ਦਾ ਬੰਨ ਸੁੱਭ ਕਰ ਲਵੇ। 4 ਕਿੱਲੇ ਪੌਏ ਉਸ ਨੂੰ ਆਉਂਦੀ ਸੀ, 1 ਕਿੱਲਾ ਗਹਿਣੇ ਪਾਉਣਾ ਉਸ ਜੇਠੂ ਬਾਣੀਏ ਨਾਲ ਪੱਕਾ ਕਰ ਛੱਡਿਆ ਸੀ 3000 ਵਿੱਚ। 1600 ਦੀ ਤੀਵੀਂ, ਬਾਕੀ ਘਰ ਦਾ ਲਗਾ ਤੁਕਾ। ਕਿਰਾਂ ਜ਼ਮੀਨ ਵੰਡੀ ਜਾਵੇ, ਘਰ ਤਾਂ ਵੰਡਿਆ ਹੀ ਪਿਆ। ਪਹਿਲ ਸੱਜਣ ਦੀ, ਚਾਹੇ ਅੰਦਰਲਾ ਲੈ ਲਵੇ ਚਾਹੇ ਬਾਹਰਲਾ। ਜਦੋਂ ਕੋਈ ਵਾਹ ਨਾ ਗਈ, ਸੱਜਣ ਬਾਹਰਲੇ ਘਰ ਜਾ ਕੇ ਗੱਜੂ ਦੇ ਪੈਰੀਂ ਪੈ ਗਿਆ। ਆਹ ਦੇਖ ਬਾਈ, ਤੇਰੇ ਪੈਰੀਂ ਪੱਗ ਧਰਦਾ, ਆਪਣੇ ਘਰ ਦੀ ਇੱਜ਼ਤ ਰੱਖ। ਜੇ ਤੂੰ ਅੱਡ ਹੋਣਾ ਸੀ ਤਾਂ ਮੇਰਾ ਵਿਆਹ ਕਾਹਨੂੰ ਕਰਨਾ ਸੀ? ਰੱਬ ਦੀ ਕਿਰਪਾ ਨਾਲ ਆਪਣੀ ਜੜ ਲੱਗੀ ਹੋਈ ਹੈ। ਮੇਰੇ ਜਵਾਕ ਹੋਏ ਕਿ ਤੇਰੇ ਹੋਏ, ਇੱਕੋ ਗੱਲ ਹੈ। ਸੰਤੀ ਵੀ ਕਦੇ ਤੈਨੂੰ ਉਹੇ ਕਰਕੇ ਨਹੀਂ ਬੋਲੀ। ਨਾਲੇ ਮੁੱਲ ਦੀ ਤੀਵੀਂ ਦਾ ਕੀ ਪਤਾ, ਅੱਜ ਇੱਥੇ ਕੱਲ ਉੱਥੇ। ਪਰ ਗੱਜੂ ਉੱਤੇ ਇਹਨਾਂ ਗੱਲਾਂ ਦਾ ਨਾ ਅਸਰ ਹੋਣਾ ਸੀ ਅਤੇ ਨਾ ਹੀ ਹੋਇਆ। ਸੱਜਣ ਨੂੰ ਉਸਨੇ ਇੱਕੋ ਗੱਲ ਨਾਲ ਚੁੱਪ ਕਰਾ ਦਿੱਤਾ, ਮੁੱਲ ਦੀ ਤੀਵੀਂ ਦਾ ਦੁੱਖ ਹੋਊ ਤਾਂ ਉਹ ਮੈਨੂੰ ਹੋ, ਮੈਂ ਚੱਲ ਲਉ। ਪਰ ਸੱਜਣਾ, ਜ਼ਮੀਨ ਤਾਂ ਤੈਨੂੰ ਵੰਡਣੀ ਪਊ, ਭਾਈ ਭਰੱਪਣ ਨਾਲ ਵੰਡ ਦੇਂਗਾ ਤੇਰੀ ਸ਼ਾਬਾਸ਼ੀ, ਲੋਕ ਤਮਾਸ਼ਾ ਦਿਖਾਉਣਾ ਉਹ ਤੇਰੀ ਮਰਜ਼ੀ। ਸੱਜਣ ਪਰਨੇ ਨਾਲ ਅੱਖਾਂ ਪੂੰਝ ਕੇ ਅੰਦਰਲੇ ਘਰ ਨੂੰ ਤੁਰ ਪਿਆ। ਉਹ ਸੋਚਦਾ ਸੀ, 4 ਕਿੱਲਿਆਂ ਦੇ ਸਿਰ 'ਤੇ ਤਾਂ ਉਸਦੇ ਇੱਕ ਮੁੰਡੇ ਨੂੰ ਵੀ ਨਹੀਂ ਸਾਕ ਹੋਣਾ। ਚੰਗੀ ਭਲੀ ਕਬੀਲਦਾਰੀ ਦੀ ਗੱਡੀ ਰੁੜੀ ਜਾ ਰਹੀ ਸੀ, ਆ ਵਿੱਚ ਹੋਰ ਹੀ ਫਾਨਾ ਆ ਫਸਿਆ। ਪਰ ਸੱਜਣ ਇਹ ਵੀ ਜਾਣਦਾ ਸੀ ਵੀ ਇਹ ਫਾਨਾ ਆਪਣੇ ਆਪ ਆ ਕੇ ਨਹੀਂ ਸੀ ਫਸਿਆ, ਸਗੋਂ ਸੰਤੂ ਨੇ ਫਸਾਇਆ ਸੀ। ਉਸਨੇ ਗੱਲੀ ਬਾਤੀ ਸੰਤੂ ਨੂੰ ਕਈ ਵਾਰ ਆਖਿਆ ਵੀ ਸੀ, ਇਸ ਕਾਣੇ ਦਾ ਵਿਗੜਦੇ ਦਾ ਪਤਾ ਨਹੀਂ ਲੱਗਦਾ, ਤੂੰ ਇਹਨੂੰ ਪਲੋਸ ਪਲਾਸ ਕੇ ਰੱਖਿਆ ਕਰ। ਪਰ ਸੰਤੂ ਨੇ ਜਿੱਦ ਨਾ ਛੱਡੀ, ਮਰਨੀ ਮਰ ਜਾਓ ਪਰ ਮੈਂ ਜੇਠ ਨੂੰ ਮੰਜੇ ਦੀ ਬਾਹੀ 'ਤੇ ਨਹੀਂ ਬੈਠਣ ਦੇਣਾ। ਸੱਜਣ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹਨਾਂ ਦਾ ਘਰ ਵਸਾਉਣ ਵਿੱਚ ਗੱਜੂ ਦਾ ਹੀ ਹੱਥ ਸੀ। ਸੱਜਣ ਤਾਂ ਉਦੋਂ ਅਜੇ ਡੰਗਰ ਚਾਰਦਾ ਹੁੰਦਾ ਸੀ ਜਦੋਂ ਉਹਨਾਂ ਦਾ ਪਿਓ ਲਾਂਘੇ ਦਾ ਗੱਡਾ ਲੱਦਦਾ ਡਿੱਗ ਕੇ ਮਰ ਗਿਆ ਸੀ। 5 ਸਾਲਾਂ ਬਾਅਦ ਕੁਆਰੇ ਪੁੱਤਰਾਂ ਦਾ ਝੋਰਾ ਕਰਦੀ ਉਹਨਾਂ ਦੀ ਮਾਂ ਵੀ ਮੰਜੇ ਨਾਲ ਅੱਡੀਆਂ ਰਗੜਦੀ ਤੁਰ ਗਈ ਸੀ। ਗੱਜੂ ਉੱਤੇ ਹੀ ਆ ਪਿਆ ਸੀ ਸਾਰਾ ਭਾਰ। 2 ਭੈਣਾਂ ਬੋਇਓ ਤੋਰੀਆਂ, ਸੱਜਣ ਨੂੰ ਭਾਈ ਨੂੰ ਪੁੱਤਾਂ ਵਾਂਗ ਪਾਲਿਆ ਅਤੇ ਵੱਡਾ ਕੀਤਾ। ਫਿਰ ਇੱਕ ਵੱਡੀ ਕੁਰਬਾਨੀ, ਸੱਜਣ ਦਾ ਵਿਆਹ ਕੀਤਾ। ਜੱਟ ਦੇ ਪੁੱਤ ਨੂੰ 4 ਕਿੱਲਿਆਂ 'ਤੇ ਕਿਹੜਾ ਕੁੜੀ ਦਿੰਦਾ? ਗੱਜੂ ਨੇ ਸੋਚਿਆ, ਉਸਨੂੰ ਤਾਂ ਸਾਕ ਹੁਣੋਂ ਰਿਹਾ। ਇੱਕ ਤਾਂ ਰੱਬ ਨੇ ਉਂਝ ਬੱਜੋ ਬੱਤਾ ਬਣਾ ਦਿੱਤਾ ਅਤੇ ਦੂਜਾ ਉਮਰ ਪੱਖੋਂ ਵੀ 35-36 ਦਾ ਹੋ ਚੱਲਿਆ ਸੀ। ਚਲੋ ਭਾਈ ਤਾਂ ਕੁਆਰਾ ਨਾ ਰਹੇ। ਉਸਨੇ ਬਾਰੂ ਕੇ ਸੀਤੇ ਨਾਲ ਗੱਲ ਕੀਤੀ, ਦੇਖ ਸੀਤਾ ਸਿਆਂ, ਮੈਂ ਤਾਂ ਨਾ ਵਿਆਹ ਕਰਾਵਾਂ ਨਾ ਹੀ ਮੈਨੂੰ ਸਾਕ ਹੋਵੇ। 8 ਕਿੱਲੇ ਸੱਜਣ ਨੂੰ ਮੁੱਕਦੇ ਨੇ, ਤੂੰ ਕਰ ਪੁੰਨ, ਆਪਣੀ ਸਾੜੀ ਦਾ ਸਾਕ ਲਿਆ, ਇੰਨੇ ਨਾਲ ਸਾਡਾ ਵੀ ਜੱਗ ਵਿੱਚ ਸੀਰ ਪੈਜੂ। ਸੀਤੇ ਨੂੰ ਵੀ ਗੱਲ ਜੱਚ ਗਈ ਸੀ ਅਤੇ ਉਸਨੇ ਸੱਜਣ ਨੂੰ ਸਾਕ ਕਰਵਾ ਕੇ 2 ਮਹੀਨਿਆਂ ਦੇ ਅੰਦਰ ਅੰਦਰ ਆਪਣੀ ਸਾਲੀ ਸੰਤੋ ਉਹਨਾਂ ਦੇ ਘਰ ਲਿਆ ਬਿਠਾਈ ਸੀ।
सज्जन दे व्याह दी खुशी गज्जू ने इंज मनाई जिमें उदा अपना व्याह होया होवे। जट दा एक पुत व्याया जावे समझो सारे व्याहे गए। एक किला गहने रख के उसने संतोले मूँह सिर दियां सारियां टुम्मा बना दित्तियां। संतो भी मूँह मत्थे लगन वाली तीवी सी। आउंदिया ही उसने घर दी खेलरी हुई कबीलदारी नूं रस्सा पा लिया। उत्तों चंगे भागा नूं सालों अंदर रब ने चन वर्गा मुंडा उसकी झोली पा दिता। दिनों विच ही गज्जू अते सज्जन दे घर दा रंग होर हो गया। चुंबक दी तरह संतो ने सारियां बरकतां उन्हां दे घर वल खिंच लईआं। संतो दुआले ओ ऊरी वांगू घूमदे रहिंदे। दो क सालां विच ही उन्हां ने गहने पाया किला भी छुड़वा लिया। फुल्लां वर्गे दिन लंघन लगे। संतो दी कुखों एक कुड़ी ते एक मुंडा होर जम्मे। होर जट नूं की चाहीदा? दुध ते पुत, इह दो चीज़ां ही रब कोलों मंगदा। पर अचानक फुल्लां उत्ते खेडदी काटो नूं इक भूत दिखाई दे गया। तकदीर ने गज्जू नाल इक रात एक नाटक खेडिया। उसनूं सुपना आया जिवें उस नाल कोई तीवी सुत्ती पई होवे। गज्जू बाखरू बाखरू करदा उठ खड़ा होया। आले दुआले अखां पाड़ पाड़ वेख्या, उत्थे तां कोई भी नहीं सी। अगले दिन सारी दिहाड़ी इह सुपना गज्जू दे दिमाग विच घूमदा रहा। दिन शिप दे नाल ही उसनूं डर जिहा होण लगा किते इह सुपना अज राती फिर ना आ जावे। उसने अपने 6 साल दे भतीजे मिठू नूं अपने नाल पा लिया। उस रात उसनूं उह सुपना तां ना आया, पर जिहड़ा आया उह उस नालों भी अजीब किस्म दा सी। उह डेरे वाली ढाब विच नहा रिहा सी। तेड़ सिर दे कपड़े ला के एक तीवी आई ते उसदे कपड़े चुक के परां बणा विच जा लुकी। एदा महीना 20 दिन उसनूं इहो जिहे सुपने आउंदे रहे। हर सुपने विच कहानी वख हुंदी होई वी एक गल सांझी हुंदी, तीवी दे आउण दी गल। पहले 2-3 सुपनिआं ने तां गज्जू नूं घबराहट दित्ती, पर फिर उसनूं इह सुपने चंगे चंगे लगन लग पए। उसनूं इहनां विचों निग जिहा मिलने लगा। सच्ची गल तां इह कि जे हुण कदी गज्जू नूं कोई अजिहा सुपना ना आउंदा तां उह अगले दिन टुट्टिआ टुट्टिआ जिहा महसूस करदा। अजीब गल सी कि सुपने जां तां उसनूं 15-16 सालां दी उम्र तों लै के 26-27 साल दी उम्र तक आए सन, जां हुण जदों उह 34-40 साल दा हो चलिआ सी। एक दिन होर ही पाणा वरत्या। दिन छिपे मूँह नेरे जाए उह सूए वल जंगल पाणी गया। स्कूल विच दी लंघदिआं उसनूं एक तीवी ते एक मर्द दा झोला पिआ। मर्द ने तीवी नूं अपनी हिक नाल घुट रख्या सी। गज्जू ने दोवां नूं जा गिच्ची तों नप्पिआ। इह तां जेठू बाणीए दी वड्डी कुड़ी शीलो ते धर्मे तरखाण दा मुंडा कीचर सी। कीचर उसदे पैरीं पै गिआ। चाचा हत्थ बना लै, अगे गल ना करें, दौड़ जाओ इत्थों, जे अगे नूं इहो जिहा कम कीता तां देख लिओ फिर। कहण नूं तां गज्जू ने उहनां नूं कह दिता, पर अंदरों इह सब कुछ देख के उसनूं अपने आप नूं भी सुआद जिहा आ गिआ सी। उस रात उसनूं फिर सुपना आया पहलियां सुपनिआं वर्गा, पर इस वारी उसने सुपने विचली तीवी नूं पछाण लिया। इह तां संतू सी, उसकी अपनी भरजाई। सुपना कादा आया? गज्जू नूं सूली ते टंग गिआ। कदे उसनूं लगदा उह कोई गुनाहगार है ते उह अपने आप नूं गालां देण लग पैंदा। इह की हुंदा जांदा मैनूं, धौली दाड़ी, हुण इह की चाक उद्दण लग पिआ। ते कदे उस अंदर अग जी पैदा हुंदी जिहड़ी उसनूं लगदा उसनूं साड़ के ही साह लवेगी। हालत इह हो गई कि सुपनिआं दी थां हुण जागदिआं भी उह इस समस्या नाल उलझिआ रहिंदा। पता नहीं क्यों उह संतो नूं हुण चोर अख नाल वेखण लग पिआ। संतो उस तों घुंड कढ़दी सी, पर इह घुंड एवें ना दा ही सी। उसने संतो दा चेहरा मोहरा अगे भी 100 वारी वेख्या सी, पर उस चेहरे मोहरे विच कोई होर ही गल सी। बीमारी वधदी वधदी वधी गई। अग दे भांबड़ां ने गज्जू नूं अपनी लपेट विच लै लिया। सियाळां दी इक रात नूं
ਜਦੋਂ ਸੱਜਣ ਸੀਰੀ ਨਾਲ ਟਾਹਲੀ ਵਾਲੇ ਖੇਤ ਪਾਣੀ ਲਾਉਣ ਗਿਆ ਸੀ, ਗੱਜੂ ਆਪਣੇ ਆਪ ਨਾਲ ਘੁਲਦਾ ਸੰਤੋ ਦੇ ਮੰਜੇ ਦੀ ਬਾਹੀ ਉੱਤੇ ਜਾ ਬੈਠਾ। ਕੰਬਦੇ ਹੱਥਾਂ ਨਾਲ ਉਸ ਸੰਤੋ ਦੀ ਬਾਂਹ ਨੂੰ ਹਲੂਣਿਆ ਸੰਤੋ ਤਰਬ ਕੇ ਉੱਠੇ, ਜਿਵੇਂ ਕਿਸੇ ਸੁਪਨੇ ਵਿੱਚੋਂ ਜਾਗੀ ਹੋਵੇ। ਗੱਜੂ ਨੂੰ ਆਪਣੇ ਮੰਜੇ 'ਤੇ ਬੈਠਾ ਵੇਖ ਜਿਵੇਂ ਉਸਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ। ਇੱਕ ਵਾਰ ਤਾਂ ਉਸਨੂੰ ਸੱਜਣ ਦਾ ਝੌਲਾ ਵੀ ਪਿਆ, ਪਰ ਰਾਤ ਦੇ ਹਨੇਰੇ ਵਿੱਚ ਵੀ ਉਹ ਗੱਜੂ ਦੀ ਬੁਝੀ ਹੋਈ ਅੱਖ ਨੂੰ ਪਛਾਣ ਗਈ। ਉਸ ਅੰਦਰ ਜਿਵੇਂ ਕੋਈ ਸੁੱਤੀ ਹੋਈ ਬਘਿਆੜੀ ਜਾਗ ਪਈ ਹੋਵੇ। ਉਹ ਗੱਜੂ 'ਤੇ ਝਪਟਣ ਹੀ ਵਾਲੀ ਸੀ ਕਿ ਉਸਦੀ ਤ੍ਰੀਮਤ ਸੂਝ ਬੋਲ ਪਈ, ਸੰਤੂ ਬੰਦੀਏ ਕੁਝ ਹੋਸ਼ ਕਰ। ਸਾਰੀ ਸ਼ਕਤੀ ਇਕੱਠੀ ਕਰਕੇ ਉਸਨੇ ਆਪਣਾ ਗੁੱਸਾ ਕਾਬੂ ਕੀਤਾ ਅਤੇ ਬੋਲੀ, ਗੱਜਣਾ ਜੇ ਬੰਦੇ ਦਾ ਪੁੱਤ ਹੈ ਤਾਂ ਹੁਣੇ ਉੱਠ ਖੜ ਮੰਜੇ ਤੋਂ। ਗੱਜੂ ਦੇ ਸਿਰ ਉੱਤੇ ਜਿਵੇਂ ਕੋਤਰ ਸੌ ਘੜਾ ਪਾਣੀ ਦਾ ਡੁੱਲ ਗਿਆ ਹੋਵੇ। ਸੰਤੋ ਨੂੰ ਉਹ ਇੱਕ ਸ਼ਬਦ ਵੀ ਨਾ ਕਹਿ ਸਕਿਆ। ਆਪਣੀ ਬਰਫ਼ ਹੋਈ ਦੇਹ ਨੂੰ ਘਸੀਟਦਾ ਉਹ ਆਪਣੇ ਮੰਜੇ 'ਤੇ ਆ ਡਿੱਗਾ। ਗਈ ਰਾਤ ਤੱਕ ਉਹ ਛੱਤ ਦੀਆਂ ਛਤੀਰੀਆਂ ਵੱਲ ਵੇਖਦਾ ਰਿਹਾ। ਜਦੋਂ ਨੀਂਦ ਆਈ ਤਾਂ ਸੁਪਨੇ ਵੀ ਆਏ, ਸੁਪਨੇ ਜਿਨ੍ਹਾਂ ਵਿੱਚ ਘੋੜਿਆਂ 'ਤੇ ਚੜੀਆਂ ਤੀਵੀਆਂ ਉਸ ਦੀ ਹਿੱਕ ਉੱਤੋਂ ਦੇ ਦਗੜ ਦਗੜ ਘੋੜੇ ਦਬੱਲੀ ਜਾਂਦੀਆਂ ਹਨ। ਇਸ ਘਟਨਾ ਤੋਂ ਬਾਅਦ ਗੱਜੂ ਬਾਹਰਲੇ ਘਰ ਸੌਣ ਲੱਗ ਪਿਆ। ਇਸ ਘਟਨਾ ਤੋਂ ਬਾਅਦ ਗੱਜੂ ਮਰਜ਼ੀ ਨਾਲ ਕੋਈ ਕੰਮ ਕਰਦਾ, ਮਰਜ਼ੀ ਨਾਲ ਨਾ ਕਰਦਾ। ਗੱਜੂ ਨੂੰ ਕੋਈ ਤੋੜ ਜਿਹੀ ਲੱਗੀ ਰਹਿੰਦੀ ਅਤੇ ਉਹ ਇਸ ਤੋੜ ਨੂੰ ਕੰਡਾ ਖਾ ਕੇ ਤੋੜਨ ਦੀ ਕੋਸ਼ਿਸ਼ ਕਰਦਾ। ਇਸ ਘਟਨਾ ਤੋਂ ਬਾਅਦ ਗੱਜੂ ਦਾ ਨੰਦ ਬੰਗਾਲੀ ਕੋਲ ਉੱਠਣ ਬਹਿਣ ਹੋ ਗਿਆ ਅਤੇ ਗੱਜੂ ਨੇ ਮੁੱਲ ਦੀ ਤੀਵੀਂ ਲਿਆਉਣ ਦਾ ਫੈਸਲਾ ਕਰਕੇ ਆਪਣੇ ਛੋਟੇ ਭਾਈ ਨੂੰ 100 ਦੀ ਇੱਕ ਸੁਣਾਈ, ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ, ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ। ਜਦੋਂ ਕੋਈ ਵੀ ਹੀਲਾ ਲੋਟ ਨਾ ਆਇਆ ਤਾਂ ਅਖੀਰ ਸੱਜਣ ਨੇ ਹਥਿਆਰ ਸੁੱਟ ਦਿੱਤੇ। ਚੰਗਾ ਭਰਾਵਾ, ਜਿਵੇਂ ਤੇਰੀ ਮਰਜ਼ੀ ਹੈ ਕਰ ਲੈ, ਜ਼ਮੀਨ ਵਿੱਚ ਤੇਰਾ ਅੱਧ ਹੈ, ਪਰਸੋਂ ਵੰਡ ਲਾਂਗੇ। ਪੰਚਾਇਤ ਕਾਹਨੂੰ ਪਾਉਣੀਆਂ ਵਿਚਾਲੇ, ਐਵੇਂ ਕੋਈ ਕੁਛ ਆਖੂ ਕੋਈ ਕੁਛ। ਮੈਂ ਅੱਜ ਜਾ ਕੇ ਕੱਲ੍ਹ ਨੂੰ ਮਾਮੇ ਨੂੰ ਲੈ ਆਉਣਾ, ਘਰ ਦੀ ਗੱਲ ਘਰ ਵਿੱਚ ਨਿਬੜ ਜਾਓ। ਸੱਜਣ ਤਾਂ ਇੰਨੀ ਕਹਿ ਕੇ ਨਾਨਕੀ ਮਾਮੇ ਨੂੰ ਲੈਣ ਚਲਿਆ ਗਿਆ, ਪਰ ਸੰਤੋ ਆਪਣੇ ਆਪ ਨਾਲ ਉਲਝੀ ਰਹੀ। ਸੱਚੀ ਗੱਲ ਤਾਂ ਇਹ ਹੈ ਕਿ ਸੰਤੋ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੀ ਕਿ ਗੱਜੂ ਤੀਵੀਂ ਸੱਚਮੁੱਚ ਹੀ ਲੈ ਆਵੇਗਾ। ਭਿਣਕ ਤਾਂ ਉਹਨੂੰ ਮਹੀਨਾ ਭਰ ਪਹਿਲਾਂ ਹੀ ਪੈ ਗਈ ਸੀ ਜਦੋਂ ਗੱਜੂ ਨੰਦ ਬੰਗਾਲੀ ਕੋਲ ਆਉਣ ਜਾਣ ਲੱਗ ਪਿਆ ਸੀ, ਪਰ ਉਹ ਸੋਚਦੀ ਸੀ ਐਵੇਂ 2-4 ਦਿਨ ਦਾ ਪਾਗਲਪਨ ਹੈ, ਆਪੇ ਠੀਕ ਹੋ ਜੂ। ਪਰ ਉਹਨੂੰ ਕੀ ਪਤਾ ਸੀ ਗੱਜੂ ਆਪਣੀ ਹਿੰਡ ਨੂੰ ਇੰਨੀ ਦੂਰ ਤੱਕ ਲੈ ਜਾਵੇਗਾ। ਹੁਣ ਜਦੋਂ ਗੱਲ ਜ਼ਮੀਨ ਵੰਡਣ ਤੱਕ ਆ ਪਹੁੰਚੀ ਤਾਂ ਸੰਤੂ ਨੂੰ ਲੱਗਿਆ ਉਸਦਾ ਤਾਂ ਬਣਿਆ ਬਣਾਇਆ ਘਰ ਢਹਿ ਢੇਰੀ ਹੋਣ ਲੱਗਾ ਹੈ। 8 ਵਿੱਚੋਂ 4 ਕਿੱਲੇ ਗੱਜੂ ਲੈ ਜਾਓ ਅਤੇ ਉਹਦੇ 2 ਪੁੱਤਾਂ ਪੱਲੇ ਕੀ ਪਊ, ਅੱਗ ਅਤੇ ਸਵਾਹ। 4 ਕਿੱਲਿਆਂ ਨੂੰ ਤਾਂ ਕਿਸੇ ਧੀ ਵਾਲੇ ਨੇ ਇਸ ਘਰ ਵੱਲ ਮੂੰਹ ਵੀ ਨਹੀਂ ਕਰਨਾ, ਇੱਕ ਨੂੰ ਤਾਂ 2 ਹੀ ਆਏ। ਫਿਰ ਉਹ ਨਪੁੱਤਿਆਂ ਦੀ ਪਤਾ ਨਹੀਂ ਕਿਹੋ ਜਿਹੇ ਘਰ ਦੀ ਹੋ, ਕਿਸੇ ਮਾੜੇ ਧੀੜੇ ਦੀ ਲਾਦ ਮੇਰੇ ਪੁੱਤਾਂ ਦੀ ਸ਼ਰੀਕ ਬਣੂ। ਸ਼ਰੀਕੇ ਦਾ ਦਾਗ ਆਪ ਨੂੰ ਕਿਹੜਾ ਨਹੀਂ ਲੱਗੂ। ਮੈਂ ਵੀ ਐਵੇਂ ਜਿੱਦ ਜਿੱਦ ਵਿੱਚ ਸਾਰੀ ਖੇਡ ਵਿਗਾੜ ਲਈ। ਕੋਈ ਵਿਗਾਨਾ ਤਾਂ ਨਹੀਂ ਸੀ, ਸੱਜਣ ਦਾ ਭਾਈ ਹੈ, ਉਹ ਵੀ ਤੀਵੀਆਂ ਨੇ ਜਿਹੜੀਆਂ 7 ਬਗਾਨਿਆਂ ਨਾਲ ਜਾ ਕੇ ਖੇ ਖਾਂਦੀਆਂ ਨੇ। ਇਹ ਤਾਂ ਫਿਰ ਘਰ ਦੀ ਗੱਲ ਘਰ ਵਿੱਚ ਹੈ, ਨਾਲੇ ਮਾੜੀ ਗੱਲ ਤੇ ਤਾਂ ਹੋਵੇ ਜੇ ਘਰ ਦਾ ਬੰਦਾ ਬੁਰੀ ਮੰਨੇ। ਸੱਜਣ ਤਾਂ ਆਪ ਕਹਿ ਵਾਰ ਆਨੀ ਬਹਾਨੀ ਕਹਿ ਬੈਠਾ, ਜਾ ਨਹੀਂ ਸੰਤੋ ਕਮਲੀਏ, ਆਪਣੇ ਹੱਥੀਂ ਆਪਣੀ ਖੇਡ ਆਪ ਹੀ ਵਿਗਾੜੀ ਜਾਂਦੀ ਹੈ, ਜੱਗ ਵਿੱਚ ਤੈਨੂੰ ਕੌਣ ਸਿਆਣੀ ਆਖੂ। ਸੋਚਾਂ ਸੋਚਦੀ ਸੰਤੋ ਨੂੰ ਰਾਤ ਪੈ ਗਈ। ਰੋਟੀ ਦਾ ਰਾੜਾ ਬੀੜਾ ਕਰਕੇ ਉਸਨੇ ਗੜਬੀ ਚੁੱਕੀ ਅਤੇ ਪੰਪ ਤੋਂ ਭਰ ਲਈ। ਕੱਲੀ ਬਾਹਰ ਕੰਨੀ ਚੱਲ ਪਈ, ਮੁੜਦੀ ਹੋਈ ਬੇਧੜਕ ਹੋ ਕੇ ਬਾਹਰਲੇ ਘਰ ਜਾ ਵੜੀ। ਗੱਜੂ ਮੰਜੇ 'ਚ ਪਿਆ ਖੂੰ ਖੂੰ ਕਰ ਰਿਹਾ ਸੀ। ਉਸਦੇ ਮੰਜੇ ਦੀ ਬਾਹੀ 'ਤੇ ਬਹਿ ਕੇ ਉਹ ਭਰਜਾਈਆਂ ਵਾਲੇ ਮਿੱਠੇ ਅੰਦਾਜ਼ ਵਿੱਚ ਬੋਲੀ, ਮਖਾਂ ਸੌਂ ਗਿਆ ਮਿੱਠੂ ਦੇ ਤਾਇਆ। ਦੂਜੇ ਦਿਨ ਜਦੋਂ ਸੱਜਣ ਆਪਣੇ ਮਾਮੇ ਨੂੰ ਲੈ ਕੇ ਮੁੜਿਆ ਤਾਂ ਸੰਤੋ ਨੇ ਉਸਨੂੰ ਅੰਦਰ ਲਿਜਾ ਕੇ ਕਿਹਾ, ਸਾਰਾ ਕੁਝ ਠੀਕ ਠਾਕ ਹੋ ਗਿਆ,
मैं डम आईया रात काने बहेड़ दा मथा। सुन के सज्जन नू जिवें पहले तोड़ दी दारू वर्गा नशा आ गया होवे, कोई नई रिसा बसंत कौर दिया कह के उसने संतो नू जफ्फी विच लै लिया। शुक्रिया दोस्तों।